ਪਹਿਲਾਂ ਤਾਂ ਤੁਸੀਂ ਜ਼ਿਆਦਾ ਤੌਰ 'ਤੇ ਚੋਰੀ ਦੇ ਮਾਮਲਿਆਂ ਵਿੱਚ ਮਰਦਾਂ ਦਾ ਨਾਮ ਹੀ ਸੁਣਿਆ ਹੋਵੇਗਾ, ਪਰ ਹੁਣ ਔਰਤਾਂ ਵੀ ਇਹ ਕੰਮ ਕਰਨ ਵਿੱਚ ਪਿੱਛੇ ਨਹੀਂ ਹਟ ਰਹੀਆਂ। ਜੀ ਹਾਂ, ਇਹ ਸੱਚ ਹੈ। ਬੱਸੀ ਪਠਾਣਾ ਵਿੱਚ 3-4 ਦੁਕਾਨਦਾਰਾਂ ਦੇ ਕੋਲ ਜਾ ਕੇ ਪਹਿਲਾਂ ਤਾਂ ਸਮਾਨ ਖਰੀਦਦਾਰੀ ਕਰਦੀਆਂ ਹਨ, ਫਿਰ ਪੈਸੇ ਦੇਣ ਦਾ ਸਮਾਂ ਆਉਣ 'ਤੇ ਕਹਿੰਦੀਆਂ ਹਨ ਕਿ 500 ਰੁਪਏ ਪਹਿਲਾਂ ਹੀ ਦੇ ਦਿੱਤੇ। ਪਰ ਅੱਜ ਕੱਲ੍ਹ ਬੱਸੀ ਪਠਾਣਾ ਦੇ ਲੋਕਾਂ ਨੇ ਤੀਸਰੀ ਅੱਖ ਵਾਲਾ ਆਪਣੀ ਦੁਕਾਨ 'ਤੇ ਬਿਠਾਇਆ ਹੋਇਆ ਹੈ। ਤੁਸੀਂ ਸੋਚ ਰਹੇ ਹੋਣੇ ਕਿ CCTV ਕੈਮਰਾ। ਜਦੋਂ ਦੁਕਾਨਦਾਰ ਨੇ ਕਿਹਾ ਜੀ ਕੈਮਰਾ ਚੈੱਕ ਕਰਦੇ ਹਾਂ, ਤਾਂ ਤੁਰੰਤ ਸਮਾਨ ਰੱਖ ਕੇ ਕੋਈ ਨਾ ਕੋਈ ਬਹਾਨਾ ਲਗਾ ਕੇ ਨਿਕਲ ਜਾਂਦੀਆਂ ਹਨ। ਪਰ ਇਸ ਮਾਮਲੇ ਦੀ ਸ਼ਿਕਾਇਤ ਕਿਸੇ ਵੀ ਦੁਕਾਨਦਾਰ ਨੇ ਪੁਲਿਸ ਪ੍ਰਸ਼ਾਸਨ ਕੋਲ ਨਹੀਂ ਕੀਤੀ। ਪਰ ਇਹ ਗਲਤ ਹੈ। ਅਗਰ ਕਿਸੇ ਦਾ ਜ਼ਿਆਦਾ ਨੁਕਸਾਨ ਹੋ ਜਾਵੇ ਤਾਂ ਫਿਰ ਪੁਲਿਸ ਪ੍ਰਸ਼ਾਸਨ ਕੋਲ ਕਾਰਵਾਈ ਦੀ ਮੰਗ ਕਰਦੇ ਹਨ। ਆਪਣਾ ਫਰਜ਼ ਹਮੇਸ਼ਾ ਨਿਭਾਓ। ਜੇ ਕੋਈ ਵੱਡੀ ਘਟਨਾ ਵਾਪਰ ਜਾਂਦੀ ਹੈ ਤਾਂ ਤੁਸੀਂ ਕਹਿਣਾ ਸੀ ਕਿ ਪੁਲਿਸ ਪ੍ਰਸ਼ਾਸਨ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕਰ ਰਿਹਾ। ਇਹ ਲੜਕੀਆਂ ਨੇ 2 ਸਮਾਨ ਪਵਾਇਆ ਸੀ ਅਤੇ ਸਮਾਨ ਪਵਾ ਕੇ ਕਹਿੰਦੇ ਅਸੀਂ ਪੈਸੇ ਦੇ ਤੇ ਤੁਹਾਨੂੰ ਪਹਿਲਾਂ ਹੀ ਅਤੇ 500 ਰੁਪਏ ਦੇ ਤਾ ਤੁਹਾਨੂੰ ਅਤੇ ਬਕਾਇਆ ਸਾਨੂੰ ਵਾਪਸ ਦੇ ਦਿਓ। ਅਤੇ ਸਰਦਾਰ ਜੀ ਨੇ ਕਿਹਾ ਕਿ ਆਪਣੇ ਮੁੰਡੇ ਨੂੰ ਕਿ ਕੈਮਰਾ ਖੋਲ੍ਹ ਕੇ ਦੇਖ ਭਾਈ ਕਿੰਨੇ ਪਾਸ ਪੈਸੇ ਦਿੱਤੇ ਆ ਨਹੀਂ। ਅਤੇ ਕੈਮਰਾ ਖੋਲ੍ਹਿਆ ਜਦੋਂ ਅਤੇ ਉਹ ਕੈਮਰੇ 'ਚ ਨਹੀਂ ਆਇਆ, ਦੇਖ ਰਹੇ ਸੀ ਜਿਵੇਂ ਅਣਜਾਣ ਹੁੰਦੀਆਂ ਦੇਖ ਲਿਆ ਉਹਨੇ। ਅਤੇ ਬਾਅਦ 'ਚੋਂ ਕਹਿੰਦੇ ਅਸੀਂ ਬਹਾਨਾ ਲਾ ਕੇ ਕਿਹਾ ਕਿ ਕਹਿੰਦੇ ਅਸੀਂ ਸਮਾਨ ਲੈ ਕੇ ਆਏ ਕਿਸੇ ਹੋਰ ਦੁਕਾਨ ਤੋਂ, ਜਿੱਦਣ ਤੁਸੀਂ ਉਰੇ ਰੱਖੋ ਸਮਾਨ। ਅਤੇ ਆਪਣੇ ਉਹ ਸਮਾਨ 'ਚੋਂ ਉਹਨੇ 2 ਸਮਾਨ ਕੱਢ ਕੇ ਆਪਣੇ ਝੋਲੇ 'ਚ ਪਾ ਕੇ ਅਤੇ ਉਹ ਲੈ ਗਈਆਂ ਸੀਗੀਆਂ। ਅਤੇ ਅਸੀਂ ਦੇਖ ਲਿਆ ਅਤੇ ਇੱਥੇ ਦੇਖਿਆ 2 ਸਮਾਨ ਉਹਨੇ 3 ਸਮਾਨ ਲੈ ਗਈਆਂ ਸੀ ਕੱਢ ਕੇ, ਫਿਰ ਅਸੀਂ ਫਾਲੀਆਂ ਸੀ। ਫਿਰ ਉਹ ਚੱਲ ਬਾਕੀ ਲਿਫਾਫਾ ਇੱਥੇ ਹੀ ਰੱਖ ਗਈਆਂ ਸੀ, ਬਾਕੀ ਲਿਫਾਫਾ ਇੱਥੇ ਰੱਖ ਕੇ ਪਰਚੇ 'ਚ ਪਾ ਕੇ ਚੱਲ ਗਈਆਂ ਸੀਗੀਆਂ, ਸਕੂਟਰੀ ਭਜਾ ਕੇ ਲੈ ਗਈਆਂ ਸੀ। ਅਤੇ ਕੀ ਸਮਾਨ ਲੈ ਕੇ ਗਈਆਂ ਕੁਛ ਪਤਾ ਤੁਹਾਨੂੰ? ਅਤੇ ਇੱਕ ਕੁਛ ਹੈਂਡ ਵੋਸ਼ ਸੀ ਇੱਕ, ਅਤੇ ਇੱਕ ਹੋਰ 2-3 ਹੈਂਡ ਵੋਸ਼ ਲੈ ਗਏ ਸੀ ਚੱਕ ਕੇ ਹੀ, ਆਪਣੇ ਝੋਲੇ 'ਚ ਪਾ ਲਏ ਸੀ ਉਹਨਾਂ ਨੇ। ਕੀ ਨਾਮ ਹੈ ਜੀ ਤੁਹਾਡਾ? ਸਤੀਸ਼ ਕੁਮਾਰ ਜੀ। ਕੀ ਮਾਮਲਾ ਕੀ ਹੈ, ਕੀ ਗੱਲ ਹੋਈ ਸੀਗੀ? ਕੱਲ੍ਹ ਸ਼ਾਮ ਵੇਲੇ ਸ਼ਾਮ ਨੂੰ ਮੇਰੇ ਕੋਲ ਰਸ਼ ਦੇ ਵਿੱਚ 2 ਲੜਕੀਆਂ ਆਈਆਂ ਸੀ, ਕੁਛ ਕਸਟਮਰ ਪਹਿਲਾਂ ਖੜ੍ਹੇ ਸਨ ਜੀ, ਅਤੇ ਇੱਕ ਵਪਾਰੀ ਵੀ ਖੜ੍ਹਾ ਸੀ ਬਾਹਰ ਦਾ ਜੀ। ਅਤੇ ਲੜਕੀਆਂ ਆ ਕੇ ਸਮਾਨ ਦੇਖਣ ਲੱਗ ਗਈਆਂ ਜੀ। ਸਮਾਨ ਲੈਣ ਤੋਂ ਬਾਅਦ ਮੈਨੂੰ ਕਹਿੰਦੀਆਂ ਕਿ 500 ਰੁਪਏ ਦਿੱਤਾ, ਬਕਾਇਆ ਮੋੜ ਦਿਓ ਜੀ। ਮੈਨੇ ਆਖਿਆ ਕਿ ਮੈਨੂੰ ਡਾਊਟ ਲੱਗਦਾ ਕਿ ਮੈਂ 500 ਰੁਪਈਆ ਮੈਨੂੰ ਨਹੀਂ ਦਿੱਤਾ ਤੁਸੀਂ ਜੀ। ਅਤੇ ਉਸ ਤੋਂ ਬਾਅਦ ਮੈਂ ਕਿਹਾ ਮੈਂ ਕੈਮਰੇ ਚੈੱਕ ਕਰਦਾ ਆਪਣੇ ਜੀ, ਅਤੇ ਮੈਂ ਕੈਮਰੇ ਚੈੱਕ ਕਰਨ ਲੱਗਿਆ ਅਤੇ ਉਹ ਸਮਾਨ ਛੱਡ ਕੇ ਭੱਜ ਗਈਆਂ। ਅੱਛਾ ਜੀ, ਅਤੇ ਕਿਤੇ ਹੋਰ ਵੀ ਵਾਰਦਾਤ ਹੋਈ ਹੈ ਕੋਈ ਐਸੀ? ਹਾਂਜੀ, ਨਾਲ ਪਿੱਛੇ ਕਰਿਆਨੇ ਵਾਲੇ ਦੇ ਪਤਾ ਲੱਗਿਆ ਜੇਲ੍ਹ ਰੋਡ 'ਤੇ, ਸੋਨੂੰ ਕਰਿਆਨਾ ਹੈ, ਚੰਦਰਭਾਨ ਦਾ ਲੜਕਾ। ਅੱਛਾ ਜੀ, ਅਤੇ ਇੱਧਰ ਬਾਜ਼ਾਰ ਕੱਪੜੇ ਵਾਲੇ ਨੇ ਬੱਤਰਾ ਕਰਿਆਨਾ ਦੇ ਜੀ, 3-4 ਕਾਊਂਟਰਾਂ ਦੇ ਬਾਅਦ 'ਚ ਸ਼ਾਮ ਨੂੰ ਸਾਨੂੰ ਪਤਾ ਲੱਗਿਆ ਵੀ ਉੱਥੇ ਵੀ ਵਾਰਦਾਤਾਂ ਹੋਈਆਂ ਨੇ। ਤੁਸੀਂ ਕੋਈ ਪੁਲਿਸ ਕੰਪਲੇਂਟ ਕਰਵਾਈ ਹੈ? ਨਹੀਂ ਸਰ, ਪੁਲਿਸ ਕੰਪਲੇਂਟ ਤਾਂ ਕੋਈ ਨਹੀਂ ਕਰਵਾਈ। ਠੀਕ ਹੈ। ਜ਼ੀਰੋ ਲਾਈਨ ਨਿਊਜ਼ ਲਈ ਫਤਿਹਗੜ੍ਹ ਸਾਹਿਬ ਤੋਂ ਸੰਦੀਪ ਅਰੋੜਾ ਦੀ ਰਿਪੋਰਟ।